हम आपके बेटे, हम आपके बेटे नहीं जमाते, हम आपके बेटे जिथे भी भाजपा आगू मीटिंग करते ने किसान उत्थे ही पहुंच जाते ने। तस्वीर हरियाणा दियां ने जिथे भाजपा की मीटिंग चल रही सी। जिवें ही किसानों नू पता लग्या तां वड्डी गिणती च किसान मीटिंग वाली थां ते पहुंच गए ते भाजपा सरकार खिलाफ नारेबाजी शुरू कर दिती। पहला तुसी भी देखो ये तस्वीर। बीजेपी सरकार जिहड़ी दंगे फैला के हुण तक सत्ता दे विच आई आ, इहदा शुरू तों रिकॉर्ड रहा कि इन्हें दंगे फैला के अराजकता फैला के और धर्मां दे विच डिवाइड करके लोकां नूं इन्हां ने राज कीता है। हुण सरसे दे भाईचारे नूं खराब करन वास्ते जो पहलां वाले इलैक्शन होना है, इत्थे बीजेपी दे चमचे जिहड़े कोली चट ने उह सारे इत्थे पहुंच के प्रैस कॉन्फ्रेंस कर रहे ने। इन्हां नूं शर्म होनी चाहीदी आ क्योंकि यूपी विखे ਸਾਡੇ ਕਿਸਾਨ ਭਰਾਵਾਂ ਦਾ ਦੇ ਚਿਖਾ ਵੀ ਠੰਡੀ ਨਹੀਂ ਹੋਈ ਸੀ, ਲੇਕਿਨ ਇਹ ਆਪਦੀਆਂ ਪਾਰਟੀਆਂ ਦੇ ਵਿੱਚ ਮਸ਼ਰੂਮ ਹੋਇਆ ਹੋਇਆ ਸਿਰਸਾ ਆਣ ਕੇ ਸਰਸੇ ਦੇ ਭਾਈਚਾਰੇ ਨੂੰ ਖਰਾਬ ਕਰ ਰਹੇ ਆ ਤੇ ਉਹਦੇ ਵਿਰੋਧ ਦੇ ਵਿੱਚ ਸਰਸੇ ਦੇ ਸੈਕੜੋ ਕਿਸਾਨ ਭਰਾ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰਨ ਵਾਸਤੇ ਇੱਥੇ ਪਹੁੰਚੇ ਆ। ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ, ਲੇਕਿਨ ਸ਼ਾਂਤੀਪੂਰਵਕ ਜੋ ਸੰਯੁਕਤ ਮੋਰਚੇ ਦੀ ਕੋਲ ਹੈ ਉਹਨੂੰ ਪ੍ਰੋਪਰ ਤੌਰ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਇਹਨਾਂ ਨੂੰ ਕਾਲੇ ਝੰਡੇ ਦਿਖਾ ਕੇ ਆਪਣਾ ਰੋਸ ਪ੍ਰਗਟ ਕੀਤਾ ਜਾ ਰਿਹਾ ਤੇ ਸਾਰੇ ਕਿਸਾਨ ਭਰਾਵਾਂ ਨੇ ਏਕਾ ਬਣਾ ਕੇ ਇੱਕ ਫੈਸਲਾ ਲਿਆ ਕਿ ਜੋ ਇਹ ਐਲਾਨਾਤ ਵਿੱਚ ਇਲੈਕਸ਼ਨ ਹੋਣਗੇ ਇਹਨਾਂ ਦੇ ਵਿੱਚ ਬੀਜੇਪੀ ਜੇਜੇਪੀ ਹਲੋਪਾ ਇਹਨਾਂ ਦੀ ਕੁੜਮ ਕਬੀਲਾ ਜਿੰਨੀ ਵੀ ਪਾਰਟੀਆਂ ਸਾਰਿਆਂ ਦਾ ਪੂਰਨ ਤੌਰ ਤੇ ਬਹਿਸ਼ਕਾਰ ਕੀਤਾ। ਦੱਸ ਦੇ ਕਿ ਕਿਸਾਨ ਅੰਦੋਲਨ ਜਾਰੀ ਹੈ ਤੇ ਨਾਲ ਹੀ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਵੀ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਰਿਆਣਾ ਦੇ ਐਲਾਨਾਬਾਦ 'ਚ ਜ਼ਿਮਨੀ ਚੋਣ ਹੋਣੀ ਹੈ ਜਿਸ ਨੂੰ ਲੈ ਕੇ ਸਿਆਸੀ ਆਗੂ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਜ਼ਿਮਨੀ ਚੋਣ 'ਚ ਭਾਜਪਾ ਤੇ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਦਾ ਬਾਈਕਾਟ ਕੀਤਾ ਜਾਵੇਗਾ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।